ਕੀਤੀ ਹੈ ਕਿ ਤਾਂ ਮੈਨੂੰ ਲੱਗਿਆ ਕਿ ਆਈ ਥਿੰਕ ਪੀਪਲ ਵਿਲ ਰੀਅਲੀ ਰਿਲੇਟ ਟੂ ਜੀਵਾ ਐਂਡ ਜੀਵਨ ਐਂਡ ਦੇਅਰ ਕੈਮਿਸਟਰੀ ਐਂਡ ਦ ਟਰੂ ਲਵ ਜਿਹੜਾ ਸਾਨੂੰ ਨਹੀਂ ਵੇਖਣ ਨੂੰ ਮਿਲਦਾ ਅੱਜ ਕੱਲ੍ਹ ਦੇਖ ਕੇ ਕਿਹਾ ਸੀਗਾ ਨਾ ਕਿ ਆਈ ਲਵ ਯੂ ਬੰਦਾ ਫੀਲਿੰਗ ਆਈ ਨਹੀਂ ਕਹੀਦਾ ਹੁੰਦਾ ਮੈਂ ਨਹੀਂ ਸਮਝਿਆ ਬਾਜੀ ਰਿਪੀਟ ਲਿਵ ਹੈਪੀਲੀ ਐਵਰ ਆਫਟਰ ਬਟ ਮੈਨੂੰ ਲੱਗਦਾ ਹੈ ਕਿ ਟਰੂ ਲਵ ਇਜ਼ ਅ ਵੈਰੀ ਇਟਸ ਅ ਵੈਰੀ ਵੈਰੀ ਡੀਪ ਅਨਐਕਸਪਲੇਨੇਬਲ ਫੀਲਿੰਗ ਪਹਿਲੀ ਗੱਲ ਇੱਕ ਉੱਪਰੋਂ ਉੱਪਰੋਂ ਫੀਲਿੰਗ ਨਹੀਂ ਹੈਗੀ ਕਿ ਹਾਂਜੀ ਆਈ ਲਵ ਯੂ ਨਹੀਂ ਕਹਿਣਾ ਤੈਨੂੰ ਹੋ ਮੇਰਾ ਖਾਣ ਪੀਣ ਹੁਣ ਸ਼ੁੱਧ ਨੀ ਗੰਧਲੇ ਪਾਣੀ ਨਕਲੀ ਦੁੱਧ ਨੀ ਗੰਦੀ ਹਵਾ ਦੇ ਵਿੱਚ ਸਾਹ ਲੈਂਦਾ ਕਿ ਮੈਨੂੰ ਇੰਨਾ ਪਤਾ ਹੈ ਕਿ ਜਿਹੜੇ ਲੋਕ ਨਹੀਂ ਵੀ ਬਿਲੀਵ ਕਰਦੇ ਨਾ ਪਿਆਰ 'ਚ ਉਹ ਵੀ ਬਿਲੀਵ ਕਰਨਗੇ ਬਿਕੋਜ਼ ਇੰਨੀ ਸੱਚਾਈ ਹੈ ਇਨ ਕੈਰੇਕਟਰਾਂ ਦੇ ਵਿੱਚ ਇੰਨੀ ਜ਼ਿਆਦਾ ਓਨੈਸਟੀ ਇੰਨੀ ਸੱਚਾਈ ਹੈ ਦੈਟ ਪੀਪਲ ਵਿਲ ਆਟੋਮੈਟਿਕਲੀ ਕਨੈਕਟ ਐਂਡ ਦੇ ਵਿਲ ਉਹਨਾਂ ਦਾ ਡਿਜ਼ਾਇਰ ਹੋਏਗਾ ਮੈਨੂੰ ਲੱਗਦਾ ਕਿ ਯਾਰ ਆਈ ਵਿਸ਼ ਪ੍ਰੋਡਿਊਸਰਾਂ ਲਈ ਐਕਟਰ ਲਈ ਸਾਡੇ ਲਈ ਕੀ ਹੈ ਕਿ ਜੇ ਮੈਨੂੰ ਕੋਈ ਕੱਲ੍ਹ ਨੂੰ ਕਹੇ ਯਾਰ ਪੋਸਤੀ ਤੁਸੀਂ ਐਵੇਂ ਰੌਲਾ ਪਾਈ ਗਏ ਇੰਨੀ ਇਹ ਆ ਉਹ ਆ ਹੈ ਤਾਂ ਹੈ ਨਹੀਂ ਸੀਗਾ ਕੁਛ ਫਿਲਮ 'ਚ ਉਹ ਮੇਰੇ ਲਈ ਮਾੜਾ ਹੋਊਗਾ ਪੁਰਾਣੇ ਭਾਈ ਨੇ ਮੈਂ ਗੱਲ ਕਹੀ ਕਹਿੰਦੇ ਫਿਲਮ ਚੱਲੇ ਨਾ ਚੱਲੇ ਅਲੱਗ ਗੱਲ ਆ ਬਟ ਫਿਲਮ ਦੇਖਣ ਤੋਂ ਬਾਅਦ ਯਾਰ ਕੋਈ ਇਹ ਨਾ ਕਹੇ ਇਹਦੀ ਕੀ ਲੋੜ ਸੀ ਪੋਸਤੀ ਫਿਲਮ ਨਾ ਮੈਂ ਟੱਚ ਵਰਡ ਰੱਬ ਤੋਂ ਉਹ ਕਰਕੇ ਕਹਿੰਦਾ ਵੀ ਸਾਰੇ ਲੱਭ ਲੱਭ ਕੇ ਦੇਖਣਗੇ ਇਹ ਕੋਨਫੀਡੈਂਸ ਤਾਂ ਹੀ ਆ ਸਕਦਾ ਜੇ ਬੰਦੇ ਨੇ ਮਿਹਨਤ ਕੀਤੀ ਹੋਵੇ ਤਾਂ ਹੀ ਕਹਿ ਸਕਦਾ ਵੀ ਮੰਮੀ ਮੇਰੇ 60% ਨੰਬਰ ਤਾਂ ਆ ਹੀ ਜਾਣੇ ਹੈ ਨਾ ਬੰਦਾ ਜੇ ਪੇਪਰ ਵਧੀਆ ਪਾ ਕੇ ਆਇਆ ਅਤੇ ਜਦੋਂ ਤੁਸੀਂ ਭਾਈ ਨੂੰ ਪਹਿਲਾ ਐਕਸਪੀਰੀਅੰਸ ਕਿਹੋ ਜਿਹਾ ਸੀਗਾ ਉਦੋਂ ਲੱਗਾ ਸੀ ਵੀ ਮੁੰਡਾ ਇੰਨਾ ਸਮਝਦਾ ਅੱਛਾ ਪਹਿਲਾਂ ਉਹਨਾਂ ਤੋਂ ਪੁੱਛ ਲਓ ਫਿਰ ਇਹਦਾ ਮੈਂ ਵੀ ਥੋੜ੍ਹਾ ਜਿਹਾ ਜਵਾਬ ਦੇਣਾ ਮੇਰਾ ਪਿੱਛੇ ਰਹਿ ਗਿਆ ਪਹਿਲਾਂ ਨਹੀਂ ਨਹੀਂ ਤੁਸੀਂ ਦੇ ਦਿਓ ਪਹਿਲਾਂ ਨਹੀਂ ਮੈਂ ਜਦੋਂ ਸਿੰਗਰ ਵਾਲੀ ਗੱਲ ਤੁਸੀਂ ਕਰ ਰਹੇ ਸੀਗੇ ਕਿ ਜੱਜ ਕੀਤਾ ਜਾਂਦਾ ਬਹੁਤ ਹੈ ਨਾ ਜਿਵੇਂ ਹੁਣ ਕਾਫੀ ਜਣਿਆਂ ਨੂੰ ਮੈਨੂੰ ਮਿਲ ਕੇ ਕਹਿਣਗੇ ਯਾਰ ਕਿ ਭਾਈ ਤੈਨੂੰ ਦੇਖ ਕੇ ਲੱਗਦਾ ਹੁੰਦਾ ਸੀਗਾ ਤੂੰ ਬੜਾ ਫੋਕਰਾ ਜਿਹਾ ਹੋਣਾ ਹੈ ਨਾ ਵੀ ਤੂੰ ਤਾਂ ਸ਼ੂਕਾ ਜਿਹਾ ਲੱਗਦਾ ਹੈ ਨਾ ਵੀ ਉਹ ਕੱਪੜਿਆਂ ਤੋਂ ਵਾਲਾਂ ਤੋਂ ਜਾਂ ਗਾਣਿਆਂ ਤੋਂ ਕਈ ਵਾਰੀ ਜੱਜ ਕਰਦੇ ਹੁਣ ਮੇਰੀ ਲਾਈਫ ਦੀ ਕੀ ਸਟਰਗਲ ਆ ਮੈਨੂੰ ਪਤਾ ਨਾ ਜੀ ਹੈ ਨਾ ਮੈਂ ਜਿੰਨੇ ਫੇਲੀਅਰਸ ਦੇਖੇ ਆ ਉਹਨਾਂ ਨੇ ਮੇਰਾ ਕਰੈਕਟਰ ਘੜਿਆ ਹੈ ਨਾ ਮੈਨੂੰ ਜਿਹੜਾ ਮੇਰਾ ਹੁਣ ਗੈਪ ਰਿਹਾ ਫਿਲਮਾਂ ਦੇ ਵਿੱਚ ਮੈਨੂੰ ਪਤਾ ਮੇਰੇ 'ਚ ਕਿੰਨੀ ਹੰਗਰ ਵਧੀਆ ਮੈਂ ਕਿੰਨਾ ਉਹਦੇ ਲਈ ਤੜਫਿਆ ਕੰਮ ਕੀਤਾ ਹੁਣ ਮੈਨੂੰ ਜਦੋਂ ਕੰਮ ਮਿਲਿਆ ਤਾਂ ਮਤਲਬ ਮੇਰੀ ਜਾਨ ਲੱਗੀ ਪਈ ਆ ਵੀ ਮੈਂ ਤਕਦੀਰ ਹਾਂ ਪੋਸਤੀ ਜੋ ਵੀ ਕਰਾਂ ਤਾਂ ਮੈਂ ਕਿਵੇਂ ਕਰਨਾ ਹੈ ਨਾ ਸੋ ਉਹੀ ਚੀਜ਼ਾਂ ਵੀ ਤੁਹਾਨੂੰ ਫੇਲੀਅਰਸ ਤੁਹਾਡਾ ਕਰੈਕਟਰ ਬਣਾਉਂਦੇ ਆ ਅਤੇ ਜੱਜ ਨਹੀਂ ਕਰਨਾ ਚਾਹੀਦਾ ਯਾਰ ਕਦੇ ਕਿਸੇ ਨੂੰ ਦੇਖ ਕੇ ਜਿੰਨੀ ਦੇਰ ਤੁਸੀਂ ਮਿਲਦੇ ਨਹੀਂ ਗੇ ਕਿਸੇ ਨੂੰ ਹੈ ਨਾ ਜਿੱਦਾਂ ਮੈਂ ਤੁਹਾਨੂੰ ਆਪਣੀ ਪਰਸਨਲ ਉਹ ਦੱਸਦਾ ਵੀ ਹੁਣ ਐਜ਼ ਐਨ ਆਡੀਅੰਸ ਮੈਂ ਛੋਟੇ ਹੁੰਦੇ ਤੋਂ ਬਹੁਤ ਇੰਟਰਵਿਊਜ਼ ਪੜ੍ਹਦਾ ਆਇਆ ਮੈਂ ਬਹੁਤ ਜ਼ਿਆਦਾ ਗਾਣੇ ਸੁਣਿਆ ਕੋਈ ਗਾਣਾ ਨਹੀਂ ਛੱਡਿਆ ਹਿੰਦੀ ਪੰਜਾਬੀ ਫਿਲਮਾਂ ਬਹੁਤ ਦੇਖੀਆਂ ਮਤਲਬ ਜਿਹੜੇ ਹੁੰਦੇ ਨਹੀਂ ਟੀ ਵੀ ਵਾਲੇ ਜਵਾਕ ਉਹ ਸੀਗਾ ਮੈਂ ਅਖਬਾਰ ਪੜ੍ਹਦਾ ਸੀ ਉਹਦੇ ਵਿੱਚ ਮੈਂ ਖੇਡਾਂ ਵਾਲਾ ਜਾਂ ਮਨੋਰੰਜਨ ਵਾਲਾ ਕਦੇ ਨਹੀਂ ਸੀ ਸਫ਼ਾ ਛੱਡਿਆ ਹੈ ਨਾ ਹੁਣ ਮੈਂ ਕੰਮ ਤਾਂ ਅੱਗੇ ਕਰਨਾ ਸ਼ੁਰੂ ਕੀਤਾ ਮੈਂ 2000 ਲਾ ਲਓ 12 'ਚ ਮੇਰਾ ਤੇਥੋਂ ਸੁਣੀ ਵਾਲਾ ਗਾਣਾ ਹਿੱਟ ਹੋਇਆ 2007 'ਚ ਮੇਰੀ ਵੀਡੀਓ ਆਈ ਸੀਗੀ 2008 'ਚ ਆਸਟ੍ਰੇਲੀਅਨ ਛੱਲੇ ਵਾਲੀ ਪਰ ਮੈਨੂੰ ਮੇਰੇ ਫਾਦਰ ਥੀਏਟਰ ਕਰਦੇ ਸੀਗੇ ਸਾਰੇ ਵੱਡੇ ਕਲਾਕਾਰਾਂ ਦਾ ਸਾਡੇ ਘਰ ਆਉਣਾ ਜਾਣਾ ਸੀਗਾ ਮੈਂ ਰਿਹਰਸਲਾਂ ਹੁੰਦੀਆਂ ਦੇਖੀਆਂ ਮੈਂ ਉਹਦੇ ਨਾਲ ਸਟੇਜ 'ਤੇ ਨਾਟਕ ਕੀਤੇ ਆ ਮੈਂ ਟੀ ਵੀ ਦੇ ਉੱਤੇ ਪਰਫੋਰਮ ਕੀਤਾ ਐਜ਼ ਅ ਚਾਈਲਡ ਆਰਟਿਸਟ ਗਾਇਆ ਵੀ ਆ ਸਾਰਾ ਕੁਛ ਆ ਉਹ ਇੰਨੇ ਸਾਲਾਂ ਦੀ ਸਟੱਡੀ ਹੈ ਜੀ ਮੇਰੇ ਕੋਲ ਮੈਨੂੰ ਪਤਾ ਕੀ ਮਾਹੌਲ ਹੁੰਦਾ ਕਿੱਦਾਂ ਬੰਦੇ ਫਲੋਪ ਹੁੰਦੇ ਆ ਕਿੱਦਾਂ ਬੰਦੇ ਹਿੱਟ ਹੁੰਦੇ ਆ ਫਲੋਪ ਹੋਏ ਤਾਂ ਕੀ ਹੁੰਦਾ ਉਹਦੀ ਜ਼ਿੰਦਗੀ 'ਚ ਹਿੱਟ ਹੋਏ ਤਾਂ ਉਹਦੀ ਜ਼ਿੰਦਗੀ 'ਚ ਕੀ ਹੁੰਦਾ ਕਿਹੜੇ ਕਿਹੜੇ ਰੀਜ਼ਨ ਕਰਕੇ ਹੋ ਸਕਦਾ ਕਿਹੜੇ ਕਿਹੜੇ ਰੀਜ਼ਨ ਕਰਕੇ ਉਹ ਬਾਊਂਸ ਬੈਕ ਕਰ ਸਕਦਾ ਸਮਝ ਲਓ ਮੈਨੂੰ ਵੀ ਲੱਗ ਰਿਹਾ ਵੀ ਅੱਜ ਬੱਬਲ ਰਾਏ ਭਾਅ ਜੀ ਨਹੀਂ ਬੋਲ ਰਿਹਾ ਕਿ ਇਹਨਾਂ ਦੇ ਅੰਦਰ ਜਿੰਨੀ ਉਹਨੇ ਮਿਹਨਤ ਕੀਤੀ ਹੈ ਜਾਂ ਜਿੰਨਾ ਸਟਰਗਲ ਅੱਜ ਉਹ ਚੀਜ਼ ਬੋਲ ਰਹੀ ਹੈ ਮੈਨੂੰ ਇਹ ਲੱਗ ਰਿਹਾ ਨਹੀਂ ਯਾਰ ਦੇਖੋ ਸਾਰੇ ਆਪਣੇ ਲਈ ਸਟਰਗਲ ਕਰਦੇ ਮੈਂ ਕਿਸੇ 'ਤੇ ਕੋਈ ਆਸਾਨ ਨਹੀਂ ਕੀਤਾ ਹੈਗਾ ਹੈ ਨਾ ਮੈਂ ਤਾਂ ਕਈ ਲੋਕਾਂ 'ਤੇ ਕੰਪੈਰੇਟਿਵਲੀ ਤਾਂ ਮੇਰੀ ਸਟਰਗਲ ਕੁਛ ਵੀ ਨਹੀਂ ਪਰ ਕੀਤੀ ਜੋ ਕੀਤਾ ਉਹ ਤਾਂ ਕੀਤਾ ਵੀਰੇ ਹੁਣ ਕੀ ਕਰ ਸਕਦੇ ਹਾਂ ਹੈ ਨਾ ਪਰ ਮੈਂ ਕਦੇ ਇਹ ਨਹੀਂ ਹੈਗਾ ਕਿ ਮੈਂ ਗਾਣਾ ਲਿਖਿਆ ਅੱਗੇ ਹੁਣ ਉਹਦੇ ਵਿੱਚ ਮੈਂ ਲਾਈਨ ਪਾਈ ਆ ਕਹਿੰਦਾ ਚਾਰ ਪੈਗ ਲਾ ਕੇ ਬਦਤਮੀਜ਼ ਹੋਈ ਹੈ ਨਾ ਸਿੰਪਥੀ ਦੇ ਲਈ ਨੈੱਟ ਉੱਤੇ ਰੋਈ ਹੈ ਨਾ ਸ਼ੌਹਰਤ ਨੂੰ ਦੇਖ ਡਿੱਗੀ ਹੈ ਨਾ ਗੰਦ 'ਤੇ ਅੱਖ ਨਹੀਂ ਰੱਖੀ ਦੀ ਯਾਰ ਦੀ ਪਸੰਦ 'ਤੇ ਹੈ ਨਾ ਸੋ ਉਹਦੇ ਵਿੱਚ ਆਹ ਲਾਈਨ ਮੈਂ ਪਾਈ ਆ ਵੀ ਮੈਂ ਕੋਈ ਮੈਨੂੰ ਸਿੰਪਥੀ ਨਹੀਂ ਚਾਹੀਦੀ ਕਿਸੇ ਤੋਂ ਹੈ ਨਾ ਮੈਨੂੰ ਇਹ ਨਹੀਂ ਚਾਹੀਦਾ ਕਿ ਮੈਂ ਸਟਰਗਲ ਕੀਤੀ ਅਤੇ ਤਾਂ ਤੁਸੀਂ ਮੇਰਾ ਕੰਮ ਦੇਖੋ ਤੁਸੀਂ ਮੇਰਾ ਕੰਮ ਦੇਖੋ ਜੇ ਤੁਹਾਨੂੰ ਮੇਰਾ ਕੰਮ ਵਧੀਆ ਲੱਗਦਾ ਤਾਂ ਫਿਰ ਦੁਬਾਰਾ ਦੇਖਿਓ ਭਾਅ ਜੀ ਇੱਕ ਕੁਐਸਚਨ ਮੇਰੇ ਮਾਇੰਡ 'ਚ ਹੋਰ ਆ ਗਿਆ ਵੀ ਜਦੋਂ ਬੰਦੇ ਦੀ ਸਟਾਰਟਿੰਗ ਹੁੰਦੀ ਆ ਉਦੋਂ ਤਾਂ ਬੰਦਾ ਹਰ ਕੁਛ ਗਾਉਂਦਾ ਨਾ ਵੀ ਜੋ ਵੀ ਮੈਂ ਯਾਰ ਹਿੱਟ ਹੋਣਾ ਪਰ ਹਿੱਟ ਹੋਣ ਤੋਂ ਬਾਅਦ ਬੰਦਾ ਸਮਝਦਾਰੀ ਵਾਲੇ ਪਾਸੇ ਤੁਰ ਪੈਂਦਾ ਇਹ ਤਰੀਕਾ ਹੋ ਜਾਂਦਾ ਕੋਈ ਜਾਂ ਫਿਰ ਬੰਦਾ ਕਹਿੰਦਾ ਨਹੀਂ ਯਾਰ ਹੁਣ ਮੈਨੂੰ ਆਪਣੇ ਆਪ ਨੂੰ ਚੇਂਜ ਕਰਨਾ ਨਹੀਂ ਜਦੋਂ ਤੁਸੀਂ ਜੇ ਤੁਸੀਂ ਮੇਰਾ ਟਰੈਕ ਦੇਖੋ ਤਾਂ ਮੈਂ ਜਿਹੜੇ ਗਾਣਿਆਂ ਤੋਂ ਲੋਕਾਂ ਦੇ ਸਾਹਮਣੇ ਆਇਆ ਲਾਈਮਲਾਈਟ ਦੇ ਵਿੱਚ ਆਇਆ ਉਹ ਸਟੂਡੈਂਟ ਲਾਈਫ ਦੇ ਇੰਟਰਨੈਸ਼ਨਲ ਸਟੂਡੈਂਟ ਦੇ ਬਾਰੇ ਜਿੰਨੇ ਮੈਂ ਗਾਣੇ ਗਾਏ ਸੀਗੇ ਆਸਟ੍ਰੇਲੀਅਨ ਛੱਲਾ ਸੀ ਨਿੱਕੀ ਜਿਹੀ ਜਿੰਦ ਸੀ ਮਾਵਾਂ ਸੀ ਤੱਕਾ ਹੋ ਗਿਆ ਬੱਚੀ ਨਾਲ ਸੀ ਹੈ ਨਾ ਉਹ ਛੱਲੇ ਦੇ 4-5 ਪਾਰਟ ਸੀਗੇ ਹੈ ਨਾ ਅਤੇ ਕੋਈ ਮੈਂ ਮਿਸ ਵੀ ਕਰ ਗਿਆ ਉਹਨਾਂ ਵਿੱਚ ਅਤੇ ਉਹ ਮਤਲਬ ਮੈਨੂੰ ਜੋ ਮੈਂ ਫੀਲ ਕਰਦਾ ਸੀ ਜਿੱਦਾਂ ਮੈਂ ਆਹ ਗਾਣਾ ਹੁਣ ਲਿਖਿਆ ਗੱਭਰੂ ਦੇਸ਼ ਪੰਜਾਬ ਦਾ ਇਹ ਗਾਣਾ ਲਿਖ ਕੇ ਮੈਨੂੰ ਬਹੁਤ ਜ਼ਿਆਦਾ ਸੈਟਿਸਫੈਕਸ਼ਨ ਹੋਈ ਮੈਨੂੰ ਆਪਣੇ ਆਪ ਨੂੰ ਲੱਗਣ ਲੱਗ ਗਿਆ ਸੀ ਯਾਰ ਵੀ ਤੂੰ ਉਸਤਾਦ ਲਿਖਦਾ ਹੀ ਨਹੀਂ ਹੈਗਾ ਹੈ ਨਾ ਕਿਉਂਕਿ ਮੈਂ ਇਹ ਨਹੀਂ ਲਿਖ ਸਕਦਾ ਹੈਗਾ ਵੀ ਤੇਰਾ ਝਾਂਜਰਾਂ ਨਾਲ ਪਰਾਂਦਾ ਨਹੀਂ ਤੇਰਾ ਇਹ ਜੀ ਉਹ ਜੀ ਹੈ ਨਾ ਚਲੋ ਉਹ ਵੀ ਕਮਰਸ਼ਲੀ ਡਿਮਾਂਡ ਆ ਸਾਡੀ
ਅਤੇ ਪਰ ਮੇਰੇ ਪਹਿਲਾਂ ਵਾਲੇ ਗਾਣੇ ਜੇ ਲਾ ਲਓ ਵੀ ਉਹ ਜੇ ਇਹਦੇ ਨਾਲ ਕੰਪੇਅਰ ਕਰਕੇ ਸੀ ਵੀ ਸਿਆਣੇ ਸਮਝਦਾਰੀ ਵਾਲੇ ਆ ਉੱਦਾਂ ਦੇ ਸੀਗੇ ਜਿਨ੍ਹਾਂ ਤੋਂ ਲੋਕਾਂ ਨੂੰ ਲੱਗਿਆ ਕਿ ਮੇਰਾ ਪਲੱਸ ਪੁਆਇੰਟ ਕਦੇ ਵੀ ਸਿੰਗਿੰਗ ਨਹੀਂ ਸੀ ਮੇਰਾ ਪਲੱਸ ਪੁਆਇੰਟ ਲਿਰਿਕਸ ਸੀਗੇ ਆਲਵੇਜ਼ ਅਤੇ ਉਹ ਚੀਜ਼ ਨੂੰ ਮੈਂ ਛੱਡ ਗਿਆ ਆਪ ਮੈਂ ਹੁਣ ਇਹ ਚੀਜ਼ ਫੀਲ ਕਰਦਾ ਕਿ ਮੈਂ ਉੱਥੇ ਲੈਕ ਕੀਤਾ ਮੈਨੂੰ ਲਿਖਣਾ ਨਹੀਂ ਸੀ ਛੱਡਣਾ ਚਾਹੀਦਾ ਹੈ ਨਾ ਅਤੇ ਮੈਂ ਹੁਣ ਕੋਸ਼ਿਸ਼ ਕਰ ਰਿਹਾ ਕਿ ਮੈਂ ਹੋਰ ਵਧੀਆ ਲਿਖਾਂ ਹੈ ਨਾ ਅਤੇ ਮਤਲਬ ਕਿ ਵੀ ਉਹ ਤੋਂ ਬਾਅਦ ਜਦੋਂ ਆ ਕੇ ਹਿੱਟ ਹੋਏ ਅਤੇ ਉਹ ਜਿਹੜਾ ਪੈਸਾ ਜਾਂ ਜਿਹੜੀ ਅਟੈਨਸ਼ਨ ਮਿਲਣੀ ਸ਼ੁਰੂ ਹੋਈ ਜਾਂ ਉਹ ਫਿਰ ਪਹਿਲਾਂ ਕੁਛ ਹੈ ਨਹੀਂ ਸੀਗਾ ਪਹਿਲਾਂ ਤਾਂ ਐਂ ਸੀਗਾ ਵੀ ਕੁਛ ਨਹੀਂ ਗਾ ਮੈਂ ਪਹਿਲਾਂ ਮੈਂ ਲਿਖੀਆਂ ਸੀਗੀਆਂ ਲਾਈਨਾਂ ਕਹਿੰਦਾ ਮੇਰੇ ਖੋਲੇ ਗੀਤ ਅਮੀਰੀ ਨੇ ਜਦ ਭੁੱਖਾ ਸੀ ਉਦੋਂ ਲਿਖਦਾ ਸੀ ਜੋ ਚਾਹੁੰਦਾ ਸੀ ਉਹ ਗਾਉਂਦਾ ਸੀ ਮੈਨੂੰ ਹਿੱਟ ਫਲੋਪ ਕਿੱਥੇ ਦਿਖਦਾ ਸੀ ਨਾ ਉਦੋਂ ਹਿੱਟ ਫਲੋਪ ਦਾ ਕੋਈ ਰੌਲਾ ਨਹੀਂ ਸੀ ਉਦੋਂ ਮੇਰਾ ਜੋ ਜੀ ਕਰਦਾ ਸੀ ਮੈਂ ਇੰਟਰਨੈਟ 'ਤੇ ਪਾ ਦਿੰਦਾ ਸੀਗਾ ਲੋਕਾਂ ਨਾਲ ਕਨੈਕਟ ਕਰਦੀ ਸੀ ਚੀਜ਼ ਪਸੰਦ ਕਰ ਜਾਂਦੀ ਸੀ ਜਦੋਂ ਮੈਂ ਹਿੱਟ ਹੋ ਗਿਆ ਪੈਸੇ ਆ ਗਏ ਨਾਮ ਬਣ ਗਿਆ ਤੁਹਾਡੇ ਖਰਚੇ ਵੱਧ ਗਏ ਲੋਕ ਤੁਹਾਨੂੰ ਦੇਖਦੇ ਆ ਕਿ ਕਿਹੜੀ ਗੱਡੀ 'ਚ ਆਉਂਦਾ ਕਿਹੜੇ ਕੱਪੜੇ ਪਾਉਂਦਾ ਇਹ ਹੈ ਉਹ ਹੈ ਫਿਰ ਉਦੋਂ ਮੈਂ ਡਰ ਗਿਆ ਉਦੋਂ ਮੈਨੂੰ ਲੱਗਿਆ ਕਿ ਯਾਰ ਇਹ ਮੇਰੇ ਤੋਂ ਚਲਿਆ ਨਾ ਜਾਵੇ ਵਾਪਸ ਕਿ ਜੇ ਫਲਾਨਾ ਬੰਦਾ ਇੱਦਾਂ ਦਾ ਗਾਣਾ ਕਰ ਰਿਹਾ ਮੈਂ ਵੀ ਇੱਦਾਂ ਦਾ ਕਰ ਲੈਂਦਾ ਹੈ ਨਾ ਵੀ ਜੇ ਅਰਬਨ ਚੱਲ ਰਿਹਾ ਤਾਂ ਮੈਂ ਵੀ ਅਰਬਨ ਕਰ ਲੈਂਦਾ ਮੈਂ ਆਪਣਾ ਜੋ ਮੇਰੀ ਲੀਗ ਸੀਗੀ ਉਹ ਛੱਡ ਗਿਆ ਮੈਨੂੰ ਇੱਦਾਂ ਲੱਗਦਾ ਪਰ ਵਿੱਚੋਂ ਬਥੇਰੇ ਉਸ ਤੋਂ ਬਾਅਦ ਵੀ ਜਿਵੇਂ ਗਾਣੇ ਸੀਗੇ ਬਿੱਲੀ ਬਿੱਲੀ ਅੱਖ ਸੀਗਾ ਅਤੇ ਤੂੰ ਸੁਣੀ ਹੋਰ ਲੱਭ ਗਈ ਇਕੱਲੇ ਇਕੱਲੇ ਤਾਰੇ ਉੱਤੇ ਤੇਰੇ ਲਈ ਵਨ ਡਰੀਮ ਅਤੇ ਹੋਰ ਭਰਜਾਈ ਮਤਲਬ ਇਹ ਨਹੀਂ ਗਾ ਕਿ ਮੈਂ ਕੰਮ ਨਹੀਂ ਵਧੀਆ ਦਿੱਤਾ ਹੈਗਾ ਗੱਲ ਕਰ ਰਹੇ ਸੀਗੇ ਕਿ ਤੁਹਾਡੀ ਚੀਜ਼ ਦੇਖ ਕੇ ਜਾਂ ਗਾਣਾ ਸੁਣ ਕੇ ਮੈਨੂੰ ਕਦੇ ਅੱਜ ਤੱਕ ਕਿਸੇ ਨੇ ਇਹ ਨਹੀਂ ਕਿਹਾ ਵੀ ਤੂੰ ਗਾਣਾ ਮਾੜਾ ਗਾ ਆ ਚੱਲੇ ਨਾ ਚੱਲੇ ਤਾਂ ਕੋਈ ਉਹ ਨਹੀਂ ਹੈਗਾ ਹੈ ਨਾ ਸੋ ਠੀਕ ਹੈ ਜੀ ਬਸ ਹੁਣ ਮੈਮ ਨਾ ਥੋੜ੍ਹੇ ਜਿਹੇ ਹੁਣ ਦੋਨੇ ਜਾਣੇ ਆਪ 'ਚ ਲੱਗਿਆ ਨਹੀਂ ਆਪਾਂ ਹੁਣ ਆਪਾਂ ਮੈਂ ਨੂੰ ਖੁਸ਼ ਕਰਨਾ ਹੈ ਤੁਸੀਂ ਤੁਸੀਂ ਲਿਖਦੇ ਬਹੁਤ ਸੋਹਣਾ ਆ ਔਨ ਦੀ ਸਪੋਟ ਕੁਛ ਵੀ ਦਿਮਾਗ 'ਚ ਆਵੇ ਇੱਕ ਅੱਧਾ ਸ਼ੇਅਰ ਜਾਂ ਲਾਈਨ ਮੈਮ ਨਹੀਂ ਵੀਰੇ ਮੈਂ ਕੁਛ ਮੈਂ ਖੱਬੇ ਪੱਖੀ ਜਿਹਾ ਲਿਖਦਾ ਮੈਂ ਗਲਤ ਹੋ ਜਾਣਾ ਤੁਸੀਂ ਇੱਧਰ ਆਪਾਂ ਕੱਟ ਲੈ ਲਵਾਂ ਕਿ ਨਾ ਲੱਗਾ ਇੱਕ ਟਰਾਈ ਕਰ ਲਈਏ ਕੁੜੀਏ ਆਮ ਫਾਲਿੰਗ ਫੋਰ ਯੂ ਕਿੰਨੀ ਸੋਹਣੀ ਆ ਤੂੰ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਸੈਟਲਮੈਂਟ ਹੋ ਜਾਂਦੀ ਦਿਮਾਗ ਦੇ ਵਿੱਚ ਵੀ ਯਾਰ ਬੰਦਾ ਇੱਦਾਂ ਦਾ ਹੋ ਸਕਦਾ ਨਾ ਤੇ ਉਦਾਂ ਦਾ ਐਕਸਪੀਰੀਅੰਸ ਕਿਹੋ ਜਿਹਾ ਸੀਗਾ ਤੇ ਹੁਣ ਉਹ ਚੇਂਜ ਹੋ ਗਿਆ ਕਿ ਜਿੱਦਾਂ ਦਾ ਪਹਿਲੀ ਵਾਰ ਐਕਸਪੀਰੀਅੰਸ ਸੀਗਾ ਯਾਰ ਬੱਬਲ ਇੱਦਾਂ ਦਾ ਜਾਂ ਉਦਾਂ ਦਾ ਜੀ ਸ਼ਰਾਰਤੀ ਜਾ ਮੁੰਡਾ ਹੈ ਤੇ ਮੁੜ ਕੇ ਜਦੋਂ ਆਪਾਂ 30 ਦਿਨ ਆਪਾਂ ਕੰਮ ਕਰ ਲਿਆ ਆਪਾਂ ਲੱਗੇ ਨਹੀਂ ਯਾਰ ਸ਼ਰਾਰਤੀ ਨੇ ਤਾਂ ਸਾਊ ਮੁੰਡਾ ਮੈਂ ਉਹ ਪੁੱਛ ਰਿਹਾ ਮੈਂ ਸੋਚਿਆ ਨਹੀਂ ਤੁਹਾਨੂੰ ਫਰੈਂਕਲੀ ਨਾ ਮੈਂ ਫਰੈਂਕਲੀ ਇੰਨਾ ਨਹੀਂ ਸੋਚਿਆ ਸੈੱਟ ਤਾਂ ਵਧੀਆ ਸੀਗਾ ਜਿੰਨੇ ਦਿਨ ਆਪਾਂ ਕੰਮ ਕੀਤਾ ਬਹੁਤ ਵਧੀਆ ਸੀਗਾ ਈਜ਼ੀ ਗੋਇੰਗ ਸੀਗਾ ਅਤੇ ਜਦ ਕੰਮ ਖਤਮ ਹੋਇਆ ਦੈਨ ਹੁਣ ਆਪਾਂ ਮਿਲੇ ਹਾਂ ਇਟਸ ਆਲ ਕੂਲ ਹਾਏ ਹੈਲੋ ਹੋਰ ਕੀ ਚਾਹੁੰਦੇ ਸੀਗੇ ਨਹੀਂ ਯਾਰ ਇੱਦਾਂ ਹੀ ਸੀਗਾ ਮੈਨੂੰ ਲੱਗਦਾ ਸੀਗਾ ਕਿ ਉਹਨਾਂ ਨੇ ਬੰਬੇ ਤੋਂ ਆਉਣਾ ਹੈ ਨਾ ਪਹਿਲਾਂ ਫਿਲਮਾਂ ਕੀਤੀਆਂ ਹੋਈਆਂ ਇੰਨੇ ਵੱਡੇ ਫੈਮਿਲੀ ਬੈਕਗਰਾਊਂਡ ਉਹਨਾਂ ਦਾ ਅਤੇ ਮੈਨੂੰ ਸੀਗਾ ਵੀ ਸ਼ਾਇਦ ਅਰੋਗੈਂਟ ਜੀ ਨਾ ਹੋ ਵੀ ਕੁੜੀ ਹੈ ਨਾ ਥੋੜ੍ਹਾ ਜਿਹਾ ਝਿਜਕ ਜੀ ਹੁੰਦੀ ਮਨ 'ਚ ਪਰ ਕੁਛ ਇੱਦਾਂ ਦਾ ਨਹੀਂ ਸੀਗਾ ਅਸੀਂ ਬਹੁਤ ਕੰਫਰਟੇਬਲੀ ਕੰਮ ਕੀਤਾ ਤੁਹਾਨੂੰ ਸਾਡੀ ਕੈਮਿਸਟਰੀ ਸਕਰੀਨ ਦੇ ਉੱਪਰ ਦੇਖਣ ਨੂੰ ਮਿਲੂਗੀ ਹਾਲਾਂਕਿ ਆਪ ਹੀ ਮੈਨੂੰ ਇਹ ਕਹਿੰਦੇ ਰਹਿੰਦੇ ਸੀ ਜਦੋਂ ਸੈੱਟ 'ਤੇ ਕਹਿੰਦੀ ਮੈਨੂੰ ਲੱਗਦਾ ਜੀਵਨ ਅਤੇ ਜੀਵਨ ਦਾ ਪਿਆਰ ਦੇਖ ਕੇ ਲੋਕਾਂ ਨੂੰ ਪਿਆਰ 'ਚ ਦੁਬਾਰਾ ਵਿਸ਼ਵਾਸ ਹੋ ਜੂਗਾ ਵਰਕ ਵੀ ਹੈਵ ਡਨ ਇੱਦਾਂ ਦਾ ਅਸੀਂ ਕੰਮ ਕੀਤਾ ਅਸੀਂ ਇੰਨੇ ਓਨੈਸਟਲੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਓਨੈਸਟਲੀ ਇਹ ਜਿਹੜੇ ਦੋ ਕੈਰੈਕਟਰਸ ਹੈਗੇ ਇਹਨਾਂ ਦੀ ਕੈਮਿਸਟਰੀ ਐਂਡ ਐਕਚੁਲੀ ਕਿ ਇਫ ਦੇ ਆਰ ਇਨ ਲਵ ਵਿਦ ਈਚ ਅਦਰ ਕੀ ਕਿੱਦਾਂ ਦੀ ਕੈਮਿਸਟਰੀ ਹੈਗੀ ਹੈ ਕਿੰਨੇ ਇੱਕ ਦੂਜੇ ਦੇ ਲਈ ਅਤੇ ਇੱਕ ਦੂਜੇ ਦੇ ਡ੍ਰੀਮਸ ਲਈ ਕਿੰਨੇ ਪੈਸ਼ਨੇਟ ਹੈਗੇ ਹੈ ਉਹ ਅਸੀਂ ਆਪਣੇ ਵੱਲੋਂ ਇੰਨੀ ਕੋਸ਼ਿਸ਼ ਕੀਤੀ ਹੈ ਕਿ ਤਾਂ ਮੈਨੂੰ ਲੱਗਿਆ ਕਿ ਆਈ ਥਿੰਕ ਪੀਪਲ ਵਿਲ ਰਿਅਲੀ ਰਿਲੇਟ ਟੂ ਜੀਵਾ ਐਂਡ ਜੀਵਨ ਐਂਡ ਦੇਅਰ ਕੈਮਿਸਟਰੀ ਐਂਡ ਦ ਟਰੂ ਲਵ ਜਿਹੜਾ ਸਾਨੂੰ ਨਹੀਂ ਦੇਖਣ ਨੂੰ ਮਿਲਦਾ ਅੱਜ ਕੱਲ੍ਹ ਇਹ ਅਸੀਂ ਨਾ ਮੈਂ ਹਰ ਇੱਕ ਤੋਂ ਇਹ ਕੁਐਸਚਨ ਪੁੱਛ ਰਿਹਾ ਅੱਜ ਕੱਲ੍ਹ ਕਿਉਂਕਿ ਆਪਾਂ ਕਹਿੰਦੇ ਵੀ ਇੱਕ ਸਰਵੇ ਸਟਾਰਟ ਕੀਤਾ ਹੈ ਵੀ ਪਤਾ ਲੱਗਦਾ ਰਹੇ ਕਿਉਂਕਿ ਸੋਸਾਇਟੀ ਹਰ ਕੋਈ ਕਹਿੰਦਾ ਸੋਸ਼ਲ ਮੀਡੀਆ 'ਤੇ ਯਾਰ ਮੈਂ ਤੈਨੂੰ ਪਿਆਰ ਕਰਦਾ ਮੈਂ ਤੈਨੂੰ ਪਿਆਰ ਕਰਦਾ ਬਟ ਹਰ ਇੱਕ ਬੰਦਾ ਇਹ ਵੀ ਕਹਿ ਰਿਹਾ ਵੀ ਭਾਅ ਜੀ ਮੈਂ ਉਹਨਾਂ ਤੁਹਾਡੇ ਕੋਲ ਪਹਿਲਾਂ ਚਲੋ ਤੁਸੀਂ ਇਹ ਮੈਂ ਕੁਐਸਚਨ ਫੇਰ ਆਫ ਦਾ ਰੈਕਡ ਪਹਿਲਾਂ ਗੱਲ ਕਰ ਰਹੇ ਸੀਗੇ ਸੋਸ਼ਲ ਮੀਡੀਆ ਦੇ ਪ੍ਰੈਸ਼ਰ ਦੀ ਸੋਸ਼ਲ ਮੀਡੀਆ 'ਤੇ ਹਰ ਬੰਦਾ ਹੀ ਹੈਪੀ ਆ ਸੋਸ਼ਲ ਮੀਡੀਆ 'ਤੇ ਹਰ ਬੰਦਾ ਹੀ ਪਰਫੈਕਟ ਆ ਸੋਸ਼ਲ ਮੀਡੀਆ ਲਈ ਬੰਦਾ 35 ਫੋਟੋਆਂ ਖਿੱਚਦਾ ਉਹਦੇ 'ਚੋਂ 3 ਚੁਣਦਾ ਉਹਦੇ 'ਚੋਂ 3 'ਚੋਂ ਫਿਲਟਰ ਲਾ ਕੇ ਫਿਰ 1 ਚੁਣਦਾ ਉਹਦੇ 'ਤੇ ਫਿਰ ਬ੍ਰਾਈਟਨੈਸ ਘਟਾ ਕੇ ਕੁਛ ਕਰਕੇ ਉਹ ਜਚਾ ਕੇ ਇਹੋ ਜਿਹੀ ਪਾਉਂਦਾ ਵਾ ਵੀ ਅਗਲੇ ਨੂੰ ਲੱਗੇ ਵੀ ਵਾਹ ਹੈ ਨਾ ਵੀ ਮਤਲਬ ਪਰਫੈਕਸ਼ਨ ਦੇ ਪਿੱਛੇ ਇੰਨੇ ਭੱਜ ਰਹੇ ਆਪਾਂ ਵੀ ਆ ਵੀ ਦੂਜੇ ਨੂੰ ਦੇਖ ਕੇ ਅਗਲਾ ਆਪਾਂ ਚਾਹੇ ਉਹ ਸਮਾਈਲ ਵਾਲੀ ਆਪਣੀ ਪਾ ਕੇ ਸੈਲਫੀ 'ਤੇ ਮੁੜ ਕੇ ਵਿਚਾਰਾ ਚਾਹੇ ਸਾਰੇ ਦਿਹਾੜੀ ਰੋਂਦਾ ਰਿਹਾ ਹੋਵੇ ਹੈ ਨਾ ਸੋ ਸੋਸ਼ਲ ਮੀਡੀਆ ਨੇ ਤਾਂ ਜ਼ਿੰਦਗੀ
ਨੂੰ ਬਹੁਤ ਉਹ ਕੀਤਾ ਹੋਇਆ ਮੈਨੂੰ ਲੱਗਦਾ ਕਿ ਵੀ ਲੋਕਾਂ ਨੂੰ ਯੂਜ਼ ਕਰਨਾ ਚਾਹੀਦਾ ਫੋਨ ਪਰ ਥੋੜ੍ਹਾ ਉਹਦੇ ਨਾਲ ਕਿ ਆਪਣੇ ਤੁਸੀਂ ਕਮੀਆਂ ਵੀ ਮੈਨੂੰ ਲੱਗਦਾ ਦੱਸਣੀਆਂ ਚਾਹੀਦੀਆਂ ਅਤੇ ਹੁਣ ਲੋਕ ਮੈਨੂੰ ਪਤਾ ਵੀ ਇਹ ਕਮੈਂਟ ਕਾਫੀ ਕਰਨਾ ਕਿ ਬੱਬਰ ਰਾਏ ਬਹੁਤ ਸਿਆਣੀਆਂ ਸਿਆਣੀਆਂ ਗੱਲਾਂ ਕਰ ਰਿਹਾ ਦੇਖੋ ਜੀ ਮੈਂ ਜੋ ਹੈਗਾ ਮੈਂ ਉਹ ਗੱਲ ਕਰ ਰਿਹਾ ਹੁਣ ਉਹ ਕਿਸੇ ਨੂੰ ਸਿਆਣੀ ਲੱਗ ਰਹੀ ਆ ਨਹੀਂ ਲੱਗ ਰਹੀ ਕਿਸੇ ਨੂੰ ਹੈ ਨਾ ਹਰ ਇੱਕ ਦਾ ਹਰ ਇੱਕ ਲਈ ਅਲੱਗ ਓਪੀਨੀਅਨ ਹੁੰਦਾ ਹਰ ਇੱਕ ਦੀ ਅਲੱਗ ਸੋਚ ਆ ਹੈ ਨਾ ਅਤੇ ਮੈਥੋਂ ਕਦੇ ਸੌਂ ਲੱਗੇ ਕਦੇ ਇੱਦਾਂ ਕਿਸੇ ਨਾਲ ਕੋਈ ਗੱਲ ਹੀ ਨਹੀਂ ਹੋਈ ਹੈਗੀ ਕੋਈ ਕੋਈ ਪੁੱਛਦਾ ਨਹੀਂ ਹੈਗਾ ਅਤੇ ਮੈਂ ਜਿਹੜਾ ਕੁਐਸਚਨ ਤਾਂ ਨਹੀਂ ਦੱਸਣਾ ਚਾਹੁੰਦਾ ਵੀ ਮੈਂ ਆਹ ਕਹਿਣਾ ਚਾਹੁੰਦਾ ਤੁਸੀਂ ਜਿੱਦਾਂ ਟਰੂ ਲਵ ਦੀ ਗੱਲ ਕੀਤੀ ਮੈਂ ਸਤਿੰਦਰ ਸਰਤਾਜ ਸਰ ਤੋਂ ਹੀ ਪੁੱਛਿਆ ਕੁਐਸਚਨ ਮੇਰੇ ਸਾਹਮਣੇ ਜ਼ਰੂਰੀ ਆ ਵੀ ਹਰ ਇੱਕ ਬੰਦਾ ਜਿਹੜਾ 16-17 ਸਾਲ ਦਾ ਹੋ ਜਾਂਦਾ ਉਹ ਕਹਿੰਦਾ ਜੀ ਮੈਨੂੰ ਪਿਆਰ ਆ ਅੱਜ ਕੱਲ੍ਹ 40-45 ਸਾਲ ਦਾ ਬੰਦਾ ਵੀ ਕਹਿੰਦਾ ਪਿਆਰ ਆ ਬਟ ਜਿੱਦਾਂ ਤੁਸੀਂ ਕਿਹਾ ਵੀ ਪਿਆਰ ਕਿਤੇ ਹੈ ਹੀ ਨਹੀਂ ਅੱਜ ਕੱਲ੍ਹ ਫਿਰ ਤੁਹਾਡੇ ਹਿਸਾਬ ਦੇ ਨਾਲ ਵੀ ਪਿਆਰ ਹੈ ਨਹੀਂ ਮੈਡਮ ਤੁਸੀਂ ਸਹੀ ਕਿਹਾ ਇਹ ਗੱਲ ਸਹੀ ਆ ਸਰਤਾਜ ਸਰ ਨੇ ਇਹਦਾ ਆਂਸਰ ਇਹ ਦਿੱਤਾ ਮੈਂ ਪਹਿਲਾਂ ਦੱਸ ਦੇਵਾਂ ਉਹ ਕਹਿੰਦੇ ਉਹਦਾ ਰੀਜ਼ਨ ਇਹ ਆ ਕਿ ਵੀ ਤੁਹਾਡਾ ਜਿਹੜਾ ਪਿਆਰ ਆ ਨਾ ਉਹਦੀ ਸੀਮਾ ਘੱਟ ਗਈ ਮਤਲਬ ਤੁਸੀਂ ਬਸ 2 ਮਹੀਨੇ ਜਾਂ 4 ਮਹੀਨੇ ਕਰਦੇ ਤੁਹਾਡੇ ਕੋਲ ਆਪਸ਼ਨਸ ਬਹੁਤ ਆ ਗਈਆਂ ਤੁਸੀਂ ਉੱਧਰ ਡਿਵਰਟ ਹੋ ਜਾਂਦੇ ਆ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਵੀ ਤੁਹਾਡੇ ਹਿਸਾਬ ਦੇ ਨਾਲ ਪਿਆਰ ਕੀ ਆ ਦੋਨਾਂ ਲਈ ਕੋਮਨ ਕੁਐਸਚਨ ਆ ਅਤੇ ਅੱਜ ਕੱਲ੍ਹ ਉਹ ਕਿਉਂ ਨਹੀਂ ਮਤਲਬ ਐਗਜ਼ਿਸਟ ਕਿਉਂ ਨਹੀਂ ਕਰ ਰਿਹਾ ਹੈਗਾ ਉੱਦਾਂ ਸੋਸ਼ਲ ਮੀਡੀਆ 'ਤੇ ਜਾਂ ਆਪਾਂ ਆਪਣੇ ਮਾਇੰਡ 'ਚ ਬਹੁਤ ਆ ਵੀ ਮੈਂ ਉਹਨੂੰ ਪਿਆਰ ਕਰਦਾ ਬਟ ਰੀਅਲ ਲਾਈਫ 'ਚ ਕਿਤੇ ਐਗਜ਼ਿਸਟ ਨਹੀਂ ਕਰ ਰਿਹਾ ਦੇਖੋ ਪਿਆਰ ਵਰਡ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਉਹਨੂੰ ਆਪਾਂ ਇੰਨੀ ਆਸਾਨੀ ਨਾਲ ਨਹੀਂ ਐਕਸਪਲੇਨ ਕਰ ਸਕਦੇ ਹੈਗੇ ਪਰ ਮੈਂ ਨਰਿੰਦਰ ਸਿੰਘ ਕਪੂਰ ਸਾਹਿਬ ਦੀ ਬੁੱਕ ਦੇ ਵਿੱਚ ਇੱਕ ਸੀਗਾ ਮੈਂ ਪੜ੍ਹਿਆ ਉਹ ਕਹਿੰਦੇ ਕਿ ਵੀ ਜਦੋਂ ਆਪਾਂ ਕਿਸੇ ਨੂੰ ਪਿਆਰ ਕਰਦੇ ਹਾਂ ਤਾਂ ਆਪਾਂ ਕਿਸੇ ਨੂੰ ਪਿਆਰ ਨਹੀਂ ਕਰਦੇ ਪਿਆਰ ਆਪਾਂ ਆਪਣੇ ਆਪ ਨੂੰ ਹੀ ਕਰ ਰਹੇ ਹੁੰਦੇ ਆਪਾਂ ਵਾਇਆ ਕਿਸੇ ਦੇ ਕਰਦੇ ਹਾਂ ਸਮਝ ਲਓ ਕਿ ਵੀ ਜਿਵੇਂ ਕੋਈ ਤੁਹਾਡੀ ਤਾਰੀਫ ਕਰਦਾ ਹੈ ਨਾ ਜਿਵੇਂ ਫਰਜ਼ ਕਰੋ ਤੁਹਾਡੀ ਕੋਈ ਕੇਅਰ ਕਰਦਾ ਹੈ ਨਾ ਤੁਹਾਨੂੰ ਕਿਸੇ ਨੇ ਫੋਨ ਕਰਕੇ ਪੁੱਛਿਆ ਵੀ ਤੂੰ ਠੀਕ ਹੈ ਇਹ ਹੈ ਉਹ ਹੈ ਤਾਂ ਉਹ ਵਾਪਸ 'ਚ ਤੁਹਾਨੂੰ ਹੀ ਮਿਲ ਰਿਹਾ ਹੈ ਨਾ ਉਸ ਚੀਜ਼ ਲਈ ਮਤਲਬ ਪਿਆਰ ਬੰਦਾ ਆਪਣੇ ਆਪ ਨੂੰ ਹੀ ਕਰਦਾ ਹੁੰਦਾ ਹਾਂਜੀ ਅਤੇ ਦੂਸਰੀ ਗੱਲ ਆ ਕਿ ਜਿੱਦਾਂ ਸਰਤਾਜ ਭਾਅ ਜੀ ਨੇ ਵੀ ਜਿਹੜੀ ਗੱਲ ਕਹੀ ਆ ਉਸ ਚੀਜ਼ ਨਾਲ ਮੈਂ ਬਿਲਕੁਲ ਐਗਰੀ ਕਰਦਾ ਕਿ ਅੱਜ ਕੱਲ੍ਹ ਨਾ ਪੇਸ਼ੈਂਸ ਬਹੁਤ ਘੱਟ ਗਈ ਉਹਦਾ ਚੱਕਰ ਹੈ ਕਿ ਲਾਈਫ ਇੰਨੀ ਜ਼ਿਆਦਾ ਫਾਸਟ ਹੋ ਗਈ ਐਕਸਪੈਕਟੇਸ਼ਨ ਹਰ ਬੰਦੇ ਦੀਆਂ ਆਪਣੇ ਆਪ ਤੋਂ ਇੰਨੀਆਂ ਕਿ ਮੈਨੂੰ ਆਹ ਵੀ ਚਾਹੀਦਾ ਉਹ ਵੀ ਚਾਹੀਦਾ ਹੈ ਨਾ ਸਾਰਾ ਕੁਛ ਚਾਹੀਦਾ ਅਤੇ ਬਹੁਤ ਜਲਦੀ ਚਾਹੀਦਾ ਕਿਉਂਕਿ ਦੂਜੇ ਬਹੁਤ ਜਲਦੀ ਕਰ ਰਹੇ ਆ ਜੇ ਤੁਸੀਂ ਨਹੀਂ ਕਰੋਗੇ ਤਾਂ ਉਹ ਅੱਗੇ ਨਿਕਲ ਜਾਣਗੇ ਤੁਸੀਂ ਪਿੱਛੇ ਰਹਿ ਜਾਓਗੇ ਇੱਦਾਂ ਦੀ ਫਿਰ ਜਦੋਂ ਤੁਹਾਡੀ ਲਾਈਕ ਪੂਰੀਆਂ ਨਹੀਂ ਹੁੰਦੀਆਂ ਹੈਗੀਆਂ ਤੁਹਾਡੀਆਂ ਮਨ ਦੀਆਂ ਜਿਹੜੀਆਂ ਤੁਸੀਂ ਇੱਛਾਵਾਂ ਨੇ ਅਤੇ ਫਿਰ ਤੁਹਾਨੂੰ ਲਾਈਕ ਲੋਕ ਡਿਪਰੈਸ਼ਨ 'ਚ ਜਾਂਦੇ ਆ ਲੋਨਲੀ ਫੀਲ ਕਰਦੇ ਆ ਕਿਸੇ ਨਾਲ ਗੱਲ ਨਹੀਂ ਕਰਦੇ ਕਿਉਂਕਿ ਤੁਸੀਂ ਇੰਟਰਨੈਟ 'ਤੇ ਵੀ ਨਹੀਂ ਦੱਸ ਸਕਦੇ ਕਿਉਂਕਿ ਅੱਜ ਦਾ ਮੇਰਾ ਦਿਲ ਨਹੀਂ ਲੱਗ ਰਿਹਾ ਹੈਗਾ ਮੈਨੂੰ ਤਾਂ ਬਹੁਤ ਮੈਂ ਤਾਂ ਜਿਹੜਾ ਜਿਹੜਾ ਫੀਲ ਕਰ ਰਿਹਾ ਉੱਥੇ ਵੀ ਤੁਸੀਂ ਇਹੀ ਲਿਖਣਾ ਗੁੱਡ ਵਾਈਬਸ ਹੈਪੀ ਫੀਲ ਹੈ ਨਾ ਸਟੇ ਪੋਜ਼ਿਟਿਵ ਯੇ ਜੀ ਵੋ ਜੀ ਉੱਥੇ ਵੀ ਤੁਸੀਂ ਆਪਣੇ ਆਪ ਨੂੰ ਮਤਲਬ ਕਿ ਵੀ ਪ੍ਰੈਸ਼ਰ ਬਹੁਤ ਜ਼ਿਆਦਾ ਬੰਦੇ ਦੀ ਜ਼ਿੰਦਗੀ 'ਤੇ ਹੋ ਗਿਆ ਉਹਦੇ ਕਰਕੇ ਅਤੇ ਉਹਦੇ ਕਰਕੇ ਕੇਮ ਆਉਂਦਾ ਹੁਣ 15 ਸੈਕਿੰਡ ਦੇ ਵਿੱਚ ਟਿਕਟੋਕ 'ਤੇ ਤੁਸੀਂ ਇੰਟਰਟੇਨਮੈਂਟ ਭਾਲਦੇ ਹੋ ਪਹਿਲਾਂ ਟੈਸਟ ਮੈਚ ਹੁੰਦੇ ਸੀਗੇ ਫਿਰ ਵਨ ਡੇ ਆ ਗਏ ਹੁਣ T20 ਆ ਗਏ ਹੁਣ T20 ਦਾ ਵੀ ਹੁੰਦਾ ਵੀ ਆਖਰੀ 5 ਓਵਰੀ ਦੇਖ ਲੈਂਦੇ ਹਾਂ ਮੈਨੂੰ ਲੱਗਦਾ ਅੱਗੇ ਟਾਸ ਪਾ ਕੇ ਸਾਰਦੇ ਟੈਨ ਵੀ ਚੱਲਦੇ ਟੈਨ ਵੀ ਟੈਨ ਅੱਗੇ ਮੈਨੂੰ ਲੱਗਦਾ ਟਾਸ ਪਾ ਕੇ ਸਰਜਿਆ ਕਰਨਾ ਸੋ ਬੰਦੇ ਦਾ ਪੇਸ਼ੈਂਸ ਲੈਵਲ ਬਹੁਤ ਘੱਟ ਗਿਆ ਸੋ ਇਸੇ ਕਰਕੇ ਜਲਦੀ ਬੋਰ ਹੋਣ ਲੱਗ ਗਏ ਆਪਸ਼ਨਸ ਹੋ ਗਏ ਪਹਿਲਾਂ ਜੇ ਕੋਈ ਮੁੰਡਾ ਕਿਸੇ ਕੁੜੀ ਨੂੰ ਮੈਨੂੰ ਲੱਗਦਾ ਵੀ ਪਸੰਦ ਕਰਦਾ ਹੋਊਗਾ ਪਹਿਲਾਂ ਇੱਕ ਸ਼ਹਿਰ ਦੇ ਵਿੱਚ ਉਹਦੇ ਉੱਥੇ ਆਲੇ ਦੁਆਲੇ ਬੰਦੇ ਦਾ ਟਾਈਮ ਕਿੰਨਾ ਉਹ ਲੱਗ ਜਾਂਦਾ ਫਿਰ ਫੋਨ ਨਹੀਂ ਸੀ ਚਿੱਠੀਆਂ ਪੱਤਰ ਇਹ ਉਹ ਕਮਿਊਨੀਕੇਸ਼ਨ ਦੇ ਸਾਧਨ ਬਹੁਤ ਸਲੋ ਸੀਗੇ ਹੁਣ ਤਾਂ ਤੁਸੀਂ ਇਹ ਘਰੇ ਬੈਠੇ ਸਾਰੀ ਦੁਨੀਆ ਨੂੰ ਦੇਖ ਸਕਦੇ ਹੋ ਕਿਸੇ ਨੂੰ ਵੀ ਈਜ਼ਲੀ ਅਪਰੋਚ ਕਰ ਸਕਦੇ ਹੋ ਤਾਂ ਆਪਸ਼ਨ ਬਹੁਤ ਆ ਸਾਰਿਆਂ ਕੋਲ ਤੋਂ ਇੱਕ ਦੂਜੇ ਤੋਂ ਬੋਰ ਹੁੰਦੇ ਆ ਜਲਦੀ ਤੁਹਾਡੇ ਲਈ ਵੀ ਇਹੀ ਕੁਐਸਚਨ ਆ ਬਟ ਥੋੜ੍ਹੀ ਜਿਹੀ 'ਚ ਮੈਂ ਐਡ-ਆਨ ਨਹੀਂ ਕਰਨਾ ਚਾਹੁੰਦਾ ਵੀ ਇੱਕ ਕੁੜੀ ਨੂੰ ਨਾ ਮਤਲਬ ਦੋ ਭਾਅ ਜੀ ਨੂੰ ਪਾਣੀ ਦਿਓ ਅੱਜ ਭਾਅ ਜੀ ਬਹੁਤ ਵਧੀਆ ਗੱਲਾਂ ਕਰ ਰਹੇ ਆ ਅਤੇ ਮੈਂ ਜਿੱਦਾਂ ਟਰੂ ਲਵ ਦੀ ਗੱਲ ਕੀਤੀ ਆ ਵੀ ਇੱਕ ਕੁੜੀ ਨੂੰ ਨਾ ਐਟ ਏ ਟਾਈਮ ਘੱਟੋ ਘੱਟ 10-12 ਜਣੇ ਕਹਿੰਦੇ ਹੁਣ ਵੈਸੇ ਵੱਧ ਵੀ ਕਹਿੰਦੇ ਹੁਣ ਵੀ ਯਾਰ ਮੈਂ ਤੈਨੂੰ ਪਿਆਰ ਕਰਦਾ ਹੈ ਨਾ ਇਹ ਹੁੰਦੀਆਂ ਚੀਜ਼ਾਂ ਫਿਰ ਕੁੜੀ ਦਾ ਮਾਇੰਡਸੈਟ ਕੀ ਹੁੰਦਾ ਹੈ ਅਤੇ ਉਹਦੇ ਲਈ ਕੀ ਵੈਲਿਊ ਹੁੰਦੀ ਹੈ ਵੀ ਟਰੂ ਲਵ ਕੀ ਚੀਜ਼ ਆ ਜਾਂ ਉਹਨੂੰ ਕਿੱਦਾਂ ਪਤਾ ਲੱਗਦਾ ਵੀ ਹਾਂ ਵੀ ਆਹ ਬੰਦਾ ਸਹੀ ਆ ਜਾਂ ਫੇਕ ਆ ਮੈਨੂੰ ਲੱਗਦਾ ਹੈ ਕਿ ਟੂ ਈਚ ਇਟਸ ਓਨ ਹਰ ਕੁੜੀ ਦੀ ਮੈਂ ਕਿਸੇ ਹੋਰ ਕੁੜੀ ਦੇ ਪ੍ਰਿਸ ਪੁਆਇੰਟ ਆਫ ਵਿਊ 'ਤੇ ਤਾਂ ਕਹਿ ਨਹੀਂ ਸਕਦੀ ਨਾਲ ਆਪਣਾ ਹੀ ਕਹਿ ਸਕਦੀ ਹਾਂ ਮੈਂ ਫੜ ਲਵਾਂ ਅਤੇ ਮੈਂ ਤਾਂ ਆਪਣੇ ਬਾਰੇ ਗੱਲ ਕਰ ਸਕਦੀ ਹਾਂ ਤੁਸੀਂ ਮੇਰੇ ਤੋਂ ਕੁਐਸਚਨ ਕਹਿ ਰਹੇ ਹੋ ਕਿ ਵੋਟ ਇਜ਼ ਟਰੂ ਲਵ ਫੋਰ ਮੀ ਐਗਜ਼ਿਸਟ ਕਰਦਾ ਆਫਕੋਰਸ ਕਰਦਾ ਇੱਦਾਂ ਕਿਸੇ ਚੀਜ਼ ਦਾ ਇਹ ਨਹੀਂ ਹੁੰਦਾ ਕਿ ਨਹੀਂ ਨਹੀਂ ਅਪ ਤੋਂ ਜਿਨ੍ਹਾਂ ਨੇ ਕਰਨਾ ਉਹ ਕਰਦੇ ਹੈ ਜਿਨ੍ਹਾਂ ਨੇ ਨਹੀਂ ਕਰਨਾ ਜੋ ਜਿਹੜੇ ਇੱਕ ਆਪਸ਼ਨ ਲੈ ਕੇ ਚੱਲਦੇ ਹੈ ਕਿ ਸਾਡੇ ਕੋਲ ਜੀ ਹੈਗੇ ਆਪਸ਼ਨ ਅਤੇ ਉਹ ਫਿਰ ਆਪਸ਼ਨ ਲੈ ਕੇ ਚੱਲਦੇ ਹੈ ਪਰ ਮੈਂ ਇੱਦਾਂ ਦੇ ਲੋਕ ਵੀ ਦੇਖੇ ਹੈ ਜਿਹੜੇ ਜਿਨ੍ਹਾਂ ਨੂੰ ਪਤਾ ਹੈ ਕਿ ਯਾਰ ਸ਼ੀ ਇਜ਼ ਦਾ ਵਨ ਆਈ ਲਵ ਐਂਡ ਉਹਨੂੰ ਪਤਾ ਹੈ ਦੈਟ ਹੀ ਇਜ਼ ਦਾ ਵਨ ਆਈ ਲਵ ਐਂਡ ਲਿਵ ਹੈਪੀਲੀ ਐਵਰ ਆਫਟਰ ਬਟ ਮੈਨੂੰ ਲੱਗਦਾ ਹੈ ਕਿ ਟਰੂ ਲਵ ਇਜ਼ ਅ ਵੈਰੀ ਇਟਸ ਅ ਵੈਰੀ ਵੈਰੀ ਡੀਪ ਅਨਐਕਸਪਲੇਨੇਬਲ ਫੀਲਿੰਗ ਪਹਿਲੀ ਗੱਲ ਇੱਕ ਉੱਪਰੋਂ ਫੀਲਿੰਗ ਨਹੀਂ ਹੈਗੀ ਕਿ ਹਾਂਜੀ ਆਈ ਲਵ ਯੂ ਨਹੀਂ ਕਹਿਣਾ ਅਤੇ ਨਿਭਾਉਣਾ ਦੇਰ ਆਰ ਟੂ ਡਿਫਰੈਂਟ ਥਿੰਗਸ ਬਟ ਉਹ ਦੋ ਬਿ
फर्स्टली सैकेंडली मैनू लगता है कि जब तुसी एक रिलेशनशिप दोवें लाइक नॉट जस्ट मुंडा होवे ते कुड़ी ना होवे फर्स्टली मैनू लगता है कि जे तुसी एक रिलेशनशिप च सैल्फलैस हुंदे हो दैट इज़ ट्रू लव फॉर मी किसी कि तुसी किसी अपने पार्टनर नू पुश करदे हो उहदी ड्रीम्स लई दोवें एक दूजे नू इंपावर करते हो कि तू भी काम कर अपा दोनों मिलके करते हैं तो लैट्स बिल्ड अ ड्रीम ऑफ आर ओन राइट सैल्फलैस होके जे सैकेंडली जे तानू ट्रू लव हैगा है तो फिर ताड़ा फोकस ओही होएगा दैट ही इज़ द वन आई लव एंड शी इज़ द वन आई लव मैनू लगता फिर तानू कि बिकॉज ब्यूटी का तो कोई अंत ही नहीं है एक तो एक वध सोहनी कुड़ी है एक तो एक वध सोहने मुंडे हैं कोई अंत नहीं है देर इज़ नो लिमिट टू इट बट वो जिहड़ी फीलिंग जां तुहानू किसी लई आंदी है दैट ही इज़ द वन फॉर मी और शी इज़ द वन तो मैं इहदे लई करना है सब कुछ मैं जे घर बनाना है मैं इहदे लई बनाना है तो कुड़ी भी सोचे जे मैं जे राइज करांगी मैं अपना नाम बनावांगी दैन ही विल बी प्राउड ऑफ मी दैट फीलिंग ये जिहड़ी ऑनेस्टी की जिहड़ी फीलिंग हैगी है सच्चाई की जिहड़ी फीलिंग सैल्फलैस फीलिंग हैगी है इट्स एक्सट्रीमली डीप इदां मैं नहीं मानती कि इदां हो नहीं सकता हुंदा है जिहड़े करदे हैं जिन्हां नूं हुंदा है सच्चा प्यार वो हुंदा है ते निभांदे भी है राइट ते वो ये सब एक्सक्यूजेज होते हैं ये मैनू लगता है कि वो कोई होर पसंद आ गया नहीं वो ज़्यादा सोहना मुंडा है वो ज़्यादा सोहनी कुड़ी है दैट मीनस इट्स अ डिफॉल्ट इन योर कैरेक्टर इदां मैनू लगता है कि ताडे कैरेक्टर जो डिफॉल्ट हैगा जे तुसी किसी लई लॉयल ऑनेस्ट होना होएगा तुसी होगे बट फॉर दैट तुहानूं फीलिंग आनी चाहिए है जे फीलिंग नहीं हैगी दैन यू आर कॉम्प्रोमाइजिंग I don't believe in compromise personally. मैनू लगता है कोई चीज़ दिलों आ रही है then that is love. So it's very very deep. It's very very intense. अदा मैनू लगता है मैं कहना जीवा तो जीवन भी पोस्ट में यहो जहाँ प्यार करते हाँ जी जीवा तो जीवन का थोनू दसा जो ट्रैक राणा भाजी ने लिखा बहुत ही इमोशनल आ डीप आ प्यार करते बहुत एक दूजे पर जीवा तो जीवन गोल्स है रिलेशनशिप गोल ਉਹੀ ਗੱਲ ਅਸੀਂ ਕਰਦੇ ਸੀਗੇ ਕਿ ਵੀ ਦੇਖ ਕੇ ਇੱਦਾਂ ਹੋ ਸਕਦਾ ਕਿ ਯਾਰ ਵੀ ਇੱਦਾਂ ਦਾ ਮੁੰਡਾ ਚਾਹੀਦਾ ਹੈ ਹਨਾ ਮੁੰਡੇ ਕਿਹਨੂੰ ਇੱਦਾਂ ਦੀ ਕੁੜੀ ਹੋਣੀ ਚਾਹੀਦੀ ਜਿੱਦਾਂ ਬੰਦੇ ਕਹਿੰਦੇ ਯਾਰ ਤੂੰ ਮੇਰੀ ਹੀਰ ਮੈਂ ਤੇਰਾ ਰਾਂਝਾ ਇੱਦਾਂ ਫਿਲਮ ਖਤਮ ਤੋਂ ਬਾਅਦ ਲੋਕੀ ਕਹਿਣਗੇ ਵੀ ਮੈਂ ਜੀਵਾ ਤੇ ਤੂੰ ਮੇਰੀ ਜੀਵਨ ਮੈਨੂੰ ਇੰਨਾ ਪਤਾ ਹੈ ਤੇ ਜਿਹੜੇ ਲੋਕੀ ਨਹੀਂ ਵੀ ਬਿਲੀਵ ਕਰਦੇ ਨਾ ਪਿਆਰ 'ਚ ਉਹ ਵੀ ਬਿਲੀਵ ਕਰਨਗੇ ਬਿਕੋਜ਼ ਇੰਨੀ ਸੱਚਾਈ ਹੈ ਇਨ ਕੈਰੈਕਟਰਾਂ ਦੇ ਵਿੱਚ ਇੰਨੀ ਜ਼ਿਆਦਾ ਓਨੈਸਟੀ ਇੰਨੀ ਸੱਚਾਈ ਹੈ ਦੈਟ ਪੀਪਲ ਵਿਲ ਆਟੋਮੈਟਿਕਲੀ ਕਨੈਕਟ ਐਂਡ ਦੇ ਵਿਲ ਉਹਨਾਂ ਦਾ ਡਿਜ਼ਾਇਰ ਹੋਏਗਾ ਮੈਨੂੰ ਲੱਗਦਾ ਕਿ ਯਾਰ ਆਈ ਵਿਸ਼ ਇੱਕ ਰਾਣਾ ਭਾਜੀ ਨੇ ਉਹਦੇ ਵਿੱਚ ਬੜਾ ਵਧੀਆ ਸੀਨ ਹੈਗਾ ਤਾਂ ਬਲੈਕ ਬੋਰਡ ਦੇ ਉੱਪਰ ਜੀਵਨ ਲਿਖਦੀ ਆ ਕਿ ਮੈਂ ਪਲੱਸ ਤੂੰ ਬਰਾਬਰ ਹੈ ਜ਼ਿੰਦਗੀ ਦੈਟਸ ਇਟ ਅਤੇ ਥੈਂਕ ਯੂ ਸੋ ਮਚ ਵੈਸੇ ਗੱਲਾਂ ਅੱਜ ਬਹੁਤ ਵਧੀਆ ਚੱਲ ਰਹੀਆਂ ਸੀਗੀਆਂ ਅਤੇ ਮੇਰਾ ਦਿਲ ਨਹੀਂ ਕਰਦਾ ਸੀ ਆਈ ਥਿੰਕ ਬੱਬਲ ਭਾਜੀ ਵੀ ਕਹਿੰਦੇ ਵੀ ਕਰੀ ਜਾ ਅਤੇ ਬਟ ਮੈਂ ਉਹੀ ਕਹਿੰਦਾ ਵੀ ਜੀ ਅਤੇ ਇਸ ਕਰਕੇ ਬਟ ਫਿਰ ਸਹੀ ਕਦੇ ਮਿਲਾਂਗੇ ਅਤੇ ਬੈਸਟ ਆਫ ਲੱਕ ਜੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਮੈਨੂੰ ਗੱਲਬਾਤ ਕਰਕੇ ਅਤੇ ਤੁਸੀਂ ਟਰੂ ਡੈਫੀਨੇਸ਼ਨ ਆਫ ਲਵ ਦੀ ਵੀ ਦੱਸੀ ਅਤੇ ਬਾਕੀ ਦੱਸਿਆ ਪਤਾ ਸੀ ਡੈਫੀਨੇਸ਼ਨ ਤੁਹਾਡੇ ਅੱਗੇ ਨਿਕਲ ਗਈ ਮੈਂ ਕਦੇ ਸੋਚਿਆ ਨਹੀਂ ਇਹਦੇ ਬਾਰੇ ਬਹੁਤ ਡੀਪ ਦੱਸਿਆ ਮੈਂ ਦੇਖ ਕੇ ਕਿਹਾ ਸੀਗਾ ਨਾ ਕਿ ਆਈ ਲਵ ਯੂ ਬੰਦਾ ਫੀਲਿੰਗ ਆਏ ਨਹੀਂ ਕਹੀਦਾ ਹੁੰਦਾ ਬਹੁਤ ਮਤਲਬ ਦੁਖੀ ਹੋ ਕੇ ਲਿਖਿਆ ਇਹ ਅੰਤਰਾ ਮੇਰਾ ਪਰਸਨਲ ਫੇਵਰੇਟ ਅੰਤਰਾ ਕਿਉਂਕਿ ਮੈਂ ਚੀਜ਼ ਫੀਲ ਕਰਨਾ ਹੋ ਮੇਰਾ ਖਾਣ ਪੀਣ ਹੁਣ ਸ਼ੁੱਧ ਨੀ ਗੰਦਲੇ ਪਾਣੀ ਨਕਲੀ ਦੁੱਧ ਨੀ ਗੰਦੀ ਹਵਾ ਦੇ ਵਿੱਚ ਸਾਹ ਲੈਂਦਾ ਕਿਸੇ ਨੂੰ ਫਰਕ ਕੋਈ ਨਹੀਂ ਪੈਂਦਾ ਲੋਕੀ ਫਲਾਂ ਫਰੂਟਾਂ ਸਬਜ਼ੀਆਂ ਨੂੰ ਗਿੱਜ ਗੇ ਟੀਕੇ ਲਾਉਣੇ ਹੋਏ ਮੈਂ ਗੱਭਰੂ ਦੇਸ਼ ਪੰਜਾਬ ਦਾ ਥੈਂਕ ਯੂ ਦੋਸਤੀ ਸਾਰਿਆਂ ਜ਼ਰੂਰ ਦੇਖਣੀ ਅਤੇ ਨਾਲ ਨਾਲ ਦੇਖਦੇ ਰਹੋ ਪੰਜਾਬੀ ਟੇਸ਼ਨ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ